ਹਾਂਜੀ ਮਾਂਡਵੀ ਰਹਿ ਜੀ ਮਾਂਡਵੀ ਕੀ ਘਟਨਾ ਹੋਈ ਜੀ ਪੱਟੀ ਦੇ ਵਿੱਚ ਇਲੈਕਸ਼ਨ ਦੇ ਜਿਹੜੇ ਤੁਹਾਡੇ 'ਤੇ ਗੋਲੀ ਲੱਗੀ ਹੈ ਜੀ ਉਹ ਇਲੈਕਸ਼ਨ 'ਚ ਗਏ ਅਸੀਂ ਵੋਟਾਂ 'ਚ ਅਤੇ ਆਪਣਾ ਲਾਲ ਸਿੰਘ ਜਿਹੜਾ ਭੁੱਲਰ ਆ ਉਹਦੇ ਅਸੀਂ ਦੇ ਮਤਲਬ ਕਿ ਉਹ ਸੱਜਣਦਾਰੀ ਸਾਡੀ ਅਸੀਂ ਉਹਦੇ ਮਦਦ 'ਤੇ ਮਤਲਬ ਕਿ ਗਏ ਹਾਂ ਕਿ ਚਲੋ ਇਲੈਕਸ਼ਨਾਂ ਦਾ ਟਾਈਮ ਆ ਅਤੇ ਬਾਅਦ 'ਚ ਜਦੋਂ ਅਸੀਂ ਮਤਲਬ ਕਿ ਉੱਥੇ ਗਏ ਬੂਥ 'ਤੇ ਉੱਥੇ 100-150 ਬੰਦਾ ਸੀ ਕਾਂਗਰਸੀਆਂ ਦਾ ਅਤੇ ਇਹਨਾਂ ਮਤਲਬ ਕਿ ਉਦੋਂ ਸਾਨੂੰ ਐਂਟਰੀ ਨਹੀਂ ਕਰਨ ਦਿੰਦਾ ਸਾਨੂੰ ਅੰਦਰ ਮਤਲਬ ਕਿ ਐਂਟਰੀ ਨਹੀਂ ਹੈਗੀ ਅਸੀਂ ਬਾਹਰ ਖਲੋਤੇ ਹਾਂ ਅਤੇ ਜਦੋਂ ਅਸੀਂ ਅੰਦਰ ਐਂਟਰੀ ਕਰ ਲੱਗੇ ਸਾਡੇ 'ਤੇ ਵੀ ਲਾਠੀਚਾਰਜ ਕਰਤਾ ਕੁੱਟਮਾਰ ਕੀਤੀ ਕਈ ਬੰਦਿਆਂ ਦੀਆਂ ਪੱਗਾਂ ਵੀ ਲੱਥੀਆਂ ਬੜਾ ਧੱਕਾ ਆ ਸਾਡੇ ਸਾਹਮਣੇ ਵੇਖਣ ਦੀ ਗੱਲ ਆ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਮੁੰਡਾ ਕੋਈ ਕਾਬੂ ਆਉਂਦਾ ਸੀ ਉਹਨੂੰ ਵੀ ਕੁੱਟੀ ਮਰੀ ਜਾਂਦੇ ਸਾਡੇ ਘੱਟੋ ਘੱਟ ਵੀ 3-4 ਫਾਇਰ ਹੋਏ ਆ ਜਿਹੜੇ ਮੇਰੇ 2 ਮਤਲਬ ਕਿ ਗੋਲੀਆਂ ਲੱਗੀਆਂ ਵਾ 2 ਪੱਟਾਂ 'ਚ ਲੱਗੀਆਂ ਗੋਲੀਆਂ ਮੰਗ ਤਾਂ ਤੁਹਾਨੂੰ ਪਤਾ ਹੀ ਆ ਇਨਸਾਫ ਦੀ ਮੰਗ ਕਰਦੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਜਿਹੜੇ ਬੰਦਿਆਂ ਨੇ ਮਾਰੀਆਂ ਵਾ ਮੁੰਡਾ ਕਾਲਾ ਕਿਰਤਵਾਲ ਦਾ ਉਹਨੇ ਮਾਰੀਆਂ ਗੋਲੀਆਂ ਮੇਰਾ ਨਾਮ ਪਲਵਿੰਦਰ ਸਿੰਘ ਖਾਲਸਾ ਰਾਣੀਵਾਲਾ ਆ ਜੀ ਮੈਂ ਸਾਬਕਾ ਆਮ ਆਦਮੀ ਪਾਰਟੀ ਦਾ ਯੂਥ ਪ੍ਰੈਜ਼ੀਡੈਂਟ ਪੰਜਾਬ ਹਾਂ ਜੀ ਇਹ ਪੱਟੀ ਦੇ ਵਿੱਚ ਜੋ ਮਨਵੀਰ ਸਿੰਘ ਹੈ ਜੀ ਇਹ ਸਾਡੇ ਕੁਛ ਚਿਰ ਪਹਿਲਾਂ ਇਹਨਾਂ ਨੇ ਪਾਰਟੀ ਬਿਲੋਂਗ ਕੀਤੀ ਹੈ ਅਤੇ ਇਹਨਾਂ ਨੇ ਜੋ ਕਾਂਗਰਸੀ ਅਤੇ ਨਾਲ ਦੇ ਪੁਲਿਸ ਰਲੀ ਹੋਈ ਸੀ ਰਲ ਕੇ ਬੂਥ ਕੈਪਚਰਿੰਗ ਕਰਕੇ ਵੋਟਿੰਗ ਕਰ ਰਹੇ ਸੀ ਅਤੇ ਇਹਨਾਂ ਨੇ ਡੱਕਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਦੇ ਨਾਲ ਇੱਕ ਕਾਲਾ ਨਾਮ ਦਾ ਲੜਕਾ ਸੀ ਜਿਹਨਾਂ 100-150 ਬੰਦਾ ਸੀ ਨਾਲ ਹੀ ਡਿਪਟੀ ਸਾਹਿਬ ਕੋਈ ਪੱਟੀ ਦੇ ਆ ਉਹ ਸੀ ਨਾਲ ਅਤੇ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ 'ਤੇ ਉਹਨਾਂ ਨੇ ਸ਼ਰੇਆਮ ਗੋਲੀਆਂ ਭਰਾਈਆਂ ਅਤੇ ਜੋ ਅੰਦਰ ਪੋਲਿੰਗ ਏਜੰਟ ਬੈਠੇ ਆ ਉਹਨਾਂ ਦੀਆਂ ਪੱਗਾਂ ਲਾ ਕੇ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਬਾਹਰ ਕੱਢਿਆ ਗਿਆ ਅਤੇ ਕੁੱਟ ਮਾਰ ਕੇ ਉਹਨਾਂ ਨੂੰ ਬੂਥ ਦੇ ਅੰਦਰੋਂ ਹੀ ਬਾਹਰ ਕੱਢ ਦਿੱਤਾ ਕਿਹਨਾਂ ਵੱਲੋਂ ਕੱਢਿਆ ਗਿਆ ਜੀ ਇਹ ਕਾਂਗਰਸ ਦੇ ਜੋ ਉੱਥੇ ਉਮੀਦਵਾਰ ਉਹਨਾਂ ਵੱਲੋਂ ਅਤੇ ਜੋ ਉੱਥੋਂ ਦਾ ਇੱਕ ਪਹਿਲਾਂ ਹੀ ਬਗੈਰ ਵੋਟਿੰਗ ਤੋਂ ਇਹਨਾਂ ਨੇ ਕਾਗਜ਼ ਰੱਦ ਕਰਵਾ ਕੇ ਇੱਕ ਪ੍ਰਧਾਨ ਐਲਾਨਿਆ ਵਾ ਲਖਵੀਰ ਸਿੰਘ ਸੇਖੋਂ ਇਹ ਕਰਕੇ ਉਹਦਾ ਨਾਲ ਦਲਬੀਰ ਸਿੰਘ ਸੇਖੋਂ ਲੱਗਦਾ ਨਹੀਂ ਕਾਂਗਰਸ ਸਰਕਾਰ ਗੁੰਡਾਗਰਦੀ ਕਰਦੀ ਹੈ ਗੁੰਡਾਗਰਦੀ ਇੱਕ ਜੀ ਬਹੁਤ ਜ਼ਿਆਦਾ ਗੁੰਡਾਗਰਦੀ ਆ ਇਹ ਤਾਂ ਹੱਦ ਕਰਤੀ ਹੱਦਾਂ ਟੱਪ ਗਿਆ ਇਹ ਤਾਂ ਇਹੋ ਜਿਹਾ ਮਾਹੌਲ ਬਣਾਤਾ ਵਾ ਇਹਨਾਂ ਨੇ ਇੱਕ ਸ਼ਹਿਰ ਦੇ ਵਿੱਚ ਨਹੀਂ ਪਿੰਡ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਗੁੰਡਾਗਰਦੀ ਕਰਦੀ ਆ ਕੋਈ ਪੁਲਿਸ ਸਾਰੀ ਚੋਰ ਕੁੱਤੀ ਰਲੀ ਆ ਅਸੀਂ ਮੰਗ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਜਿੰਨੀ ਵੀ ਇਲੈਕਸ਼ਨ ਕੈਂਸਲ ਕਰਵਾ ਕੇ ਪੈਰਾਮਿਲਟਰੀ ਫੋਰਸ ਲਵਾ ਕੇ ਅਤੇ ਇਹ ਇਲੈਕਸ਼ਨ ਦੁਬਾਰਾ ਕਰਵਾਈ ਜਾਵੇ ਜੋ ਕਿ ਸੱਚ ਹੱਕ ਦਾ ਨਿਆਂ ਮਿਲ ਸਕੇ